ਤੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ। ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਲ ਹੁੰਦੀ ਹੈ ਤਾਂ ਉਸੇ ਵਕਤ ਉਹ ਹਸਪਤਾਲ ਦਾ ਰੁਖ ਕਰਦਾ ਹੈ ਤਾਂ ਜੋ ਆਪਣਾ ਇਲਾਜ ਕਰਵਾ ਸਕੇ। ਪਰ ਹੁਣ ਹਸਪਤਾਲ ਵੀ ਕਿਤਨਾ ਕਿਤੇ ਦੁਵਿਧਾ ਦੇ ਵਿੱਚ ਨਜ਼ਰ ਆ ਰਹੇ ਨੇ, ਕਿਉਂਕਿ ਜੇਕਰ ਕੋਈ ਮਰੀਜ਼ ਉੱਥੇ ਆਪਣਾ ਇਲਾਜ ਕਰਵਾਉਣ ਜਾਂਦਾ, ਜੇਕਰ ਉਹ ਸੀਰੀਅਸ ਹੁੰਦਾ ਤਾਂ ਉਹਨੂੰ ਆਕਸੀਜਨ ਦੀ ਲੋੜ ਪੈਂਦੀ ਆ। ਪਰ ਹੁਣ ਹਸਪਤਾਲਾਂ ਵੱਲੋਂ ਵੀ ਕਿਤਨਾ ਕਿਤੇ ਹੱਥ ਖੜੇ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ, ਕਿਉਂਕਿ ਆਕਸੀਜਨ ਦੀ ਕਿੱਲਤ ਆ ਚੁੱਕੀ ਆ। ਤਾਂ ਅੱਜ ਇੱਕ ਹਸਪਤਾਲ ਦੇ ਵਿੱਚੋਂ ਆਕਸੀਜਨ ਨਾ ਹੋਣ ਕਰਕੇ ਹੀ 6 ਜਾਣਿਆਂ ਦੀ ਮੌਤ ਹੋਈ ਆ। ਤਾਂ ਜਿਹੜੀ ਜਗ੍ਹਾ ਦੇ ਉੱਤੇ ਅਸੀਂ ਖੜੇ ਆ, ਭੁੱਲਰ ਆਕਸੀਜਨ ਪ੍ਰਾਈਵੇਟ ਲਿਮਟਿਡ, ਜਿਹੜਾ ਕਿ ਇਹ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਦੇ ਵਿੱਚ ਇੱਕ ਲੋਤਾ ਤੇ ਇਕੱਲਾ ਹੀ ਗੈਸ ਪਲਾਂਟ ਹੈ, ਆਕਸੀਜਨ ਪਲਾਂਟ ਹੈ, ਜਿੱਥੇ ਕਿ ਆਕਸੀਜਨ ਬਣਦੀ ਆ। ਤਾਂ ਵੱਡੀ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪਏਗਾ, ਕਿਉਂਕਿ ਅੰਮ੍ਰਿਤਸਰ ਦੇ ਵਿੱਚ 100 ਦੇ ਕਰੀਬ ਹਸਪਤਾਲ ਨੇ ਸਰਕਾਰੀ ਅਤੇ ਪ੍ਰਾਈਵੇਟ ਮਿਲਾ ਕੇ। ਤਾਂ ਉਹਨਾਂ ਦੇ ਵਿੱਚ ਪਹਿਲਾਂ ਲਗਾਤਾਰ ਹਰ ਹਸਪਤਾਲ ਦੇ ਵਿੱਚ ਸਿਲੰਡਰ ਪਹੁੰਚਾਏ ਜਾਂਦੇ ਸੀ, ਪਰ ਹੁਣ ਲਾਈਨਾਂ ਦੇ ਵਿੱਚ ਲੱਗਣਾ ਪੈ ਰਿਹਾ ਇਸ ਏਜੰਸੀ ਦੇ ਵਿੱਚ ਆ ਕੇ। ਜਿਹੜੇ ਹਸਪਤਾਲਾਂ ਦੇ ਲੋਕ ਨੇ ਉਹ ਇੱਥੇ ਐਂਬੂਲੈਂਸਾਂ ਲੈ ਕੇ ਪਹੁੰਚੇ ਹੋਏ, ਵੱਡੀ ਗਿਣਤੀ ਦੇ ਵਿੱਚ ਐਂਬੂਲੈਂਸਾਂ ਵੀ ਇੱਥੇ ਪਹੁੰਚੀਆਂ ਹੋਈਆਂ ਹਨ, ਅਤੇ ਹਰ ਕੋਈ ਤਰਲਿਆਂ 'ਤੇ ਆਇਆ ਕਿ ਕਿਸੇ ਨਾ ਕਿਸੇ ਤਰੀਕੇ ਸਾਨੂੰ ਸਿਲੰਡਰ ਦੇ ਦਿੱਤੇ ਜਾਣ। ਤਾਂ ਜੇਕਰ ਕੋਈ 10 ਸਿਲੰਡਰਾਂ ਦੀ ਡਿਮਾਂਡ ਕਰਦਾ ਤਾਂ ਉਹਨੂੰ ਸਿਰਫ ਅਤੇ ਸਿਰਫ 2 ਹੀ ਸਿਲੰਡਰ ਦਿੱਤੇ ਜਾਂਦੇ ਨੇ, ਕਿਉਂਕਿ ਕਿੱਲਤ ਬਹੁਤ ਆ ਚੁੱਕੀ ਹੈ। ਅੰਮ੍ਰਿਤਸਰ ਦੀ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸਿਲੰਡਰ ਚਾਹੀਦੇ ਨੇ ਅੰਮ੍ਰਿਤਸਰ ਦੇ ਹਸਪਤਾਲਾਂ ਦੇ ਵਿੱਚ, ਅਤੇ ਇਹ ਇੱਕ ਹੀ ਫੈਕਟਰੀ ਹੈ ਜਿੱਥੇ ਕਿ ਇਹ ਸਿਲੰਡਰ ਜਿਹੜੇ ਨੇ ਉਹ ਭਰੇ ਜਾਂਦੇ ਨੇ। ਤਾਂ ਤਸਵੀਰ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਹਸਪਤਾਲਾਂ ਦੇ ਲੋਕ ਪਹੁੰਚੇ ਹੋਏ ਨੇ, ਲਾਈਨਾਂ ਵਿੱਚ ਖੜਨਾ ਪੈ ਰਿਹਾ, ਕਿਤੇ ਨਾ ਕਿਤੇ ਮੁਸ਼ਕਲ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਸਭ ਦੇ ਵਾਸਤੇ। ਤਾਂ ਅੰਮ੍ਰਿਤਸਰ ਦੀਆਂ ਇਹ ਖਾਸ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਜ਼ਰੂਰਤ ਹਰ ਇੱਕ ਨੂੰ ਹੈ, ਪਰ ਜ਼ਰੂਰਤ ਪੂਰੀ ਨਹੀਂ ਕੀਤੀ ਜਾ ਰਹੀ, ਤਕਲੀਫ ਹੋ ਰਹੀ ਹੈ। ਕਿੰਨੀ ਦੇਰ ਤੋਂ ਭਾਅ ਜੀ ਖੜੇ ਜੇ ਅਸੀਂ ਸਿਲੰਡਰ ਲੈਣ ਵਾਸਤੇ? ਸਾਨੂੰ ਹੋ ਗਿਆ ਘੰਟਾ। ਕਿਹੜੇ ਹਸਪਤਾਲ ਤੋਂ ਆਏ ਜੀ? ਨੀਲਕੰਠ। ਮੁਸ਼ਕਲ ਕਿੰਨੀ ਕੁ ਹੁੰਦੀ ਪਈ? ਮੁਸ਼ਕਲ ਕੋਈ ਨਹੀਂ ਆ, ਇੱਥੇ ਤਾਂ ਮੁਸ਼ਕਲ ਹੋ ਰਹੀ ਆ, ਬਾਕੀ ਫਿਰ ਵੀ ਭੁੱਲਰ ਵਾਲੇ ਆ ਜਿਹੜੇ ਬੜਾ ਸਾਥ ਦੇ ਰਹੇ ਆ ਜੀ, ਲੋਕਾਂ ਦਾ ਮਦਦ ਕਰ ਰਹੇ ਆ ਭੁੱਲਰ ਗੈਸ ਵਾਲੇ, ਬਾਕੀ ਲੋਕ ਗੈਸ ਵਾਲੇ ਨੇ ਹੱਥ ਖੜੇ ਕਰਤੇ। ਹਾਂਜੀ, ਲੋਤਾ ਗੈਸ ਵਾਲੇ ਜਿਹੜੇ ਕਿ ਸਾਰੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤਾਂ 800 ਤੋਂ ਵੱਧ, 1000 ਤੋਂ ਵੱਧ ਸਿਲੰਡਰ ਮੇਰੇ ਹਿਸਾਬ ਨਾਲ ਰੋਜ਼ ਨਹੀਂ ਭਰਦਾ ਹੋਵੇਗਾ? ਨਹੀਂ ਨਹੀਂ ਭਾਅ ਜੀ, ਹੁਣ ਤੇ ਬਹੁਤ ਜ਼ਿਆਦਾ ਹੀ ਭਰ ਰਹੇ ਨੇ, ਕੋਸ਼ਿਸ਼ ਇਹਨਾਂ ਦੇ ਪਲਾਂਟ ਕਰਨ ਤੇ ਪੂਰੀ ਲੋਕਾਂ ਦੀ ਮਦਦ ਕਰ ਰਹੇ ਆ। ਹਾਂਜੀ, ਤਾਂ ਦੇਖ ਸਕਦੇ ਜੀ ਕਿ ਲੋਕਾਂ ਦੀ ਮਦਦ ਸਰਕਾਰ ਦੇ ਉੱਤੇ ਆਸ ਤੇ ਲੋਕਾਂ ਨੂੰ ਹੁੰਦੀ ਹੈ, ਪਰ ਜੇਕਰ ਆਮ ਲੋਕ ਨਾ ਮਦਦ ਕਰਨ, ਆਮ ਲੋਕ ਅਗਾਂਹ ਨਾ ਵਧਣ, ਤਾਂ ਸ਼ਾਇਦ ਮੁਸ਼ਕਲ ਦਾ ਸਾਹਮਣਾ ਸਾਰਿਆਂ ਨੂੰ ਕਰਨਾ ਪਵੇ। ਤਾਂ ਇਹ ਸਿਲੰਡਰ ਪਲਾਂਟ ਹੈ ਜਿੱਥੇ ਕਿ ਆਕਸੀਜਨ ਸਿਲੰਡਰ ਭਰਦੇ ਨੇ। ਤਾਂ ਐਂਬੂਲੈਂਸ ਲੈ ਕੇ ਜਾਂ ਫਿਰ ਕੋਈ ਆਟੋ ਲੈ ਕੇ ਜਾਂ ਫਿਰ ਕੋਈ ਛੋਟਾ ਹੱਥੀ ਲੈ ਕੇ ਇੱਥੇ ਪਹੁੰਚਿਆ ਹੋਇਆ, ਤਾਂ ਕਿਤੇ ਨਾ ਕਿਤੇ ਸਿਲੰਡਰ ਦੀ ਜ਼ਰੂਰਤ ਹਰ ਇੱਕ ਨੂੰ ਹੈ। ਤਾਂ ਹਰ ਕੋਈ ਚਾਹੁੰਦਾ ਹੈ ਕਿ ਮੇਰੇ ਤੱਕ ਇਹ ਆਕਸੀਜਨ ਸਿਲੰਡਰ ਪਹੁੰਚੇ, ਕਿਉਂਕਿ ਜਦੋਂ ਬੰਦਾ ਆਖਰੀ ਸਾਹਾਂ 'ਤੇ ਆਇਆ ਹੁੰਦਾ ਤਾਂ ਫਿਰ ਇਹ ਆਕਸੀਜਨ ਦੇ ਜਿਹੜੇ ਸਿਲੰਡਰ ਨੇ ਉਹੀ ਕੰਮ ਆਉਂਦੇ ਨੇ ਜਾਨ ਬਚਾਉਣ ਦੇ ਵਿੱਚ। ਤਾਂ ਵੱਡੀ ਗੱਲ ਹੈ, ਮੁਸ਼ਕਲ ਦਾ ਮਾਹੌਲ ਸਾਰਿਆਂ ਵਾਸਤੇ ਬਣਿਆ ਹੋਇਆ। ਤਾਂ ਅੰਮ੍ਰਿਤਸਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਕਿਉਂਕਿ ਸਾਡੀ ਟੀਮ ਨੇ ਸੋਚਿਆ ਕਿ ਇੱਕ ਵਾਰ ਜਾ ਕੇ ਦੇਖਿਆ ਜਾਵੇ ਕਿ ਜਾਣ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਫੈਕਟਰੀਆਂ ਦੇ ਵਿੱਚ ਜਿੱਥੇ ਇਹ ਸਿਲੰਡਰ ਬਣਦੇ ਨੇ, ਉੱਥੇ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਜਿਹੜਾ ਵਾ ਉਹ ਕਰਨਾ ਪੈ ਰਿਹਾ ਆਮ ਲੋਕਾਂ ਨੂੰ, ਕਿਉਂਕਿ 6 ਮੌਤਾਂ ਹੋ ਗਈਆਂ ਨੇ। ਤਾਂ ਵੱਡਾ ਸਵਾਲ ਖੜਾ ਹੋ ਰਿਹਾ ਪ੍ਰਸ਼ਾਸਨ ਦੇ ਉੱਤੇ, ਵੱਡਾ ਸਵਾਲ ਖੜਾ ਹੋ ਰਿਹਾ, 6 ਮੌਤਾਂ ਹੋ ਚੁੱਕੀਆਂ ਨੇ। ਤਾਂ ਹਰ ਕੋਈ ਲਾਈਨ ਦੇ ਵਿੱਚ ਲੱਗਾ ਕਿ ਕਿਤੇ ਨਾ ਕਿਤੇ ਸਿਲੰਡਰ ਲਿਜਾਏ ਜਾਣ। ਤਾਂ 3 ਸਿਲੰਡਰ ਇਸ ਆਟੋ ਦੇ ਵਿੱਚ ਲੱਦ ਕੇ ਭੇਜੇ ਜਾ ਰਿਹਾ। ਤਾਂ ਵੱਖ ਵੱਖ ਤਰੀਕੇ ਦੇ ਨਾਲ ਐਂਬੂਲੈਂਸਾਂ ਵੀ ਲੱਗੀਆਂ, ਛੋਟੇ ਹਾਥੀ ਜਿਹੜੇ ਲੱਗੇ ਨੇ, ਜਿਹੜੀਆਂ ਗੱਡੀਆਂ ਲੱਗੀਆਂ ਨੇ, ਹਰ ਕੋਈ ਲਾਈਨ ਦੇ ਵਿੱਚ ਲੱਗ ਕੇ ਕੋਸ਼ਿਸ਼ ਦੇ ਵਿੱਚ ਲੱਗਾ ਕਿ ਮੈਂ ਵੱਧ ਤੋਂ ਵੱਧ ਸਿਲੰਡਰ ਆਪਣੇ ਹਸਪਤਾਲ ਦੇ ਵਿੱਚ ਲੈ ਜਾਵਾਂ, ਆਪਣੇ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਜਾਵੇ। ਤਾਂ ਵੱਡਾ ਸਵਾਲ ਹੈ, ਵੱਡੀ ਚੁਣੌਤੀ ਹੈ ਸਰਕਾਰ ਦੇ ਅੱਗੇ ਕਿ ਕਿਸ ਤਰੀਕੇ ਦੇ ਨਾਲ ਸਾਰਾ ਹੱਲ ਹੋਏਗਾ। ਤਾਂ ਜੇ ਗੱਲ ਕੀਤੀ ਜਾਵੇ ਤਾਂ ਹਸਪਤਾਲ ਦੇ ਲੇਬਰ ਨਹੀਂ, ਹੁਣ ਖੁਦ ਡਾਕਟਰ ਵੀ ਪਹੁੰਚ ਰਹੇ ਆ ਕਿ ਕਿਸ ਤਰੀਕੇ ਅਸੀਂ ਸਿਲੰਡਰ ਲੈ ਸਕੀਏ, ਵੱਧ ਤੋਂ ਵੱਧ ਸਿਲੰਡਰ ਲੈ ਸਕੀਏ। ਸਰ, ਆਪਣੇ ਬਾਰੇ ਦੱਸੋ, ਨਾਮ ਦੱਸੋ। ਸੰਦੀਪ ਸਿੰਘ, ਡਾਇਰੈਕਟਰ ਪਲਸ ਹਸਪੀਟਲ ਮਕਬੂਲਪੁਰਾ ਚੌਂਕ, ਅੰਮ੍ਰਿਤਸਰ। ਸਰ, ਕਿੱਡੀ ਵੱਡੀ ਮੁਸ਼ਕਿਲ ਹੈ, ਕਿੱਡੀ ਵੱਡੀ ਚੁਣੌਤੀ ਹੈ ਇਸ ਵੇਲੇ, ਕੋਵਿਡ ਆਪਣੇ ਪੈਰ ਤੇਜ਼ੀ ਨਾਲ ਪਸਾਰਨਾ ਸ਼ੁਰੂ ਕਰ ਦਿੱਤਾ? ਜੋ ਇਸ ਵੇਲੇ ਮੁਸ਼ਕਿਲ ਚੱਲ ਰਹੀ ਹੈ ਇਹਨੂੰ ਲਫ਼ਜ਼ਾਂ 'ਚ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਮੈਂ ਖੁਦ ਬਜ਼ਾਤੇ ਡਾਇਰੈਕਟਰ ਹਸਪੀਟਲ ਹੋਣ ਦੇ ਬਾਵਜੂਦ ਕੱਲ੍ਹ ਸਵੇਰੇ 5 ਵਜੇ ਇਸ ਫੈਕਟਰੀ 'ਚੋਂ ਗਿਆ, ਸਿਰਫ 2-2, 3-3 ਸਿਲੰਡਰਸ ਦੀ ਸਾਨੂੰ ਡਿਮਾਂਡ ਪੂਰੀ ਹੋ ਰਹੀ ਹੈ, ਜਦਕਿ ਮੇਰੀ ਡਿਮਾਂਡ ਰੋਜ਼ ਦੀ 50 ਸਿਲੰਡਰਸ ਦੀ ਹੈਗੀ ਹੈ ਡਿਊ ਟੂ ਕੋਵਿਡ ਰਾਈਜ਼ ਕਰਕੇ।
बट अवेलेबिलिटी बहुत मुश्किल है। सो असी हुण कोविड लैवल 3 ते 2 के पेशेंट्स नूं रिक्वेस्ट कर रहे हैं कि तुसीं गुरु नानक देव हॉस्पिटल अपने पेशेंट शिफ्ट करा लो, क्योंकि ऑक्सीजन की असीं सप्लाई पूरी नहीं कर पा रहे। और जो भुल्लर ऑक्सीजन प्लांट है उन्होंने भी कपैसिटी नहीं है इस तों वध, क्योंकि 700-800 सिलेंडर की प्रोडक्शन है, डिमांड 4000 तों 5000 सिलेंडर की हैगी है। असी उन्होंने बहुत रिक्वेस्ट की है, योरना भी पूछे, उन्हों की इको गल है, वो कहें कि लिक्विड ऑक्सीजन जिन्नी देर तक नहीं मिलती असी सप्लाई पूरी नहीं कर सकते है। और ये गुरु नानक हॉस्पिटल्स में बहुत सप्लाई एमरजेंसी जा रही है जी, कि उत्थे जरूरत भी है क्योंकि पेशेंट्स ने उत्थे ज़्यादा, बट वो करके इन्हों भी प्रेसर हैगा। लगता है कि सरकारी प्राइवेट हस्पताल वितकरा चल रहा, उन्होंने कुछ हदायत दी है कि इन्हों सिलेंडर ना दिए जा, सरकार वालों प्रेसर बनाया जाता हर पास, योजना कोई खास क्लीयर कट इंस्ट्रक्शन नहीं है कि प्राइवेट को ना दिखा जा, बट ऑब्वियस है सरकारी हॉस्पिटल की प्रेफरेंस तो गवर्नमेंट रखेगी, वो नो डाउट असी रिक्वेस्ट करते हैं, तो साडा भी नाल नाल कोटा चल रहा है, बट वो कितने ना कि भुल्लर ऑक्सीजन तो प्रेशर हैगा क्योंकि प्रोडक्शन ही नहीं हैगी इन्नी, वो पूरी कितों कर सकते हैं। और इको ही प्लांट है शहर च वर्किंग च जिहड़ा अपना मैनुफैक्चरिंग प्लांट है, बाकी तो सब कुछ लिक्विड से डिपेंड करता है, तो लिक्विड का कोटा है ही नहीं है इतने। और वड्डा सवाल है, वड्डी चुनौती है इस वेले, करोना लगातार वाधा जा रहा, हर एक नूं मुश्किल जिहड़ी नज़र आ रही है, तो इस प्लांट के जिहड़े MD ने वो साडे नाल मौजूद ने, अजीत सिंह जी। अजीत सिंह जी, किस तरह देखते जे इस वक्त किन्ना क मुश्किल का माहौल बनिया, पहला किन्ना क सी, तो हुण किस तरीके दे नाल असीं उहनूं हैंडल कर रहे हैं, फर्क किन्ना क होया पिछली बारी तो हुण? तुसीं प्लांट दा नज़र मारो किस तरह लोग एक एक सिलेंडर नूं तरसण डए आ, इस तों वड्डी मुश्किल आपां की वेख सकते हैं। सब तो बड़ी मुश्किल सानू सामने आ रही कि किन्ने लोग एक सिलेंडर तरस रहे, छोटी गड्डी हर हर हस्पताल की एंबूलेंस साढ़े खड़ी आ, कोई 2-4 सिलेंडर मंगन डी, कोई 5 मंगन डी, कोई 4 मंगन डी, 2-4 सिलेंडर तो बाद किसी सिलेंडर दिते नहीं जा रहे साढ़े को, 2-4 सिलेंडर ने सारे हस्पताल का जो काम चलता पाया टीम च, किसी हस्पताल कोई स्टॉक नहीं है हले, अगर मन ही लगे हस्पताल स्टॉक है, वह तो वह 1-2 सिलेंडर बाद किसी हस्पताल स्टॉक नहीं है, रब ना करे कि एंबूलेंस रस्ते खराब हो जाती है, कोई हो जाता वो हस्पताल वारदात हो सकती है, कोई भी कुछ भी भाणा वरसा उसे कुछ भी भाणा वर सकता वा। सर पहला कितना सिलेंडर असी बना लेंगे पूरे दिन के, किस तरीके असी हूँ चलते भी, क्योंकि साड़ी प्लांट की जी प्रोडक्शन है वो 1000-800-900 रुपये चलती है, तो पहला ना सा लिक्विड चलता सी, अं 4-5 सिलेंडर लिक्विड तो भी कड़ लेंगे, तो 14-13-14 सिलेंडर की डिमांड सारी शहर की पूरी अपने हॉस्पिटल कर लेंगे, लेकिन अज के समय में जी डिमांड हस्पतालों की, जो पहले मैं 1000 सिलेंडर रोज पर डे सेल करता, अब मेरी जी डिमांड वो 3000 सिलेंडर पार कर चुकी है, जी मैं हाँ जो मेरा प्लांट वो पूरी नहीं कर सकता, क्योंकि प्लांट एक मशीनरी की कपैसिटी है, हाँ बस एक ही सिंगल प्लांट है जी। सर किस तरीके दे नाल लेबर वधाई गई है, या फिर किस तरीके दे नाल ओही लेबर जिहड़ी है काम कर रही है, या फिर कुछ किया गया कि जिहदे नाल असीं वधा सकीए? सर लेबर तो वधाई वधाई नहीं कोई, बाकी जिहड़े गड्डियां ने बाहरों माल लै रहे ओही नाल हैल्प करा के अपने आपे लद रहे, आपे ला रहे जी, साडे बंदे फिलिंग करदे पए बस। किन्ने होस्पिटल ने जिन्हां नूं ऑक्सीजन सिलेंडर जांदे हुंदे सी तुहाडे, तां हुण वधे आ कि अमरो? नहीं मेरे को जी 50 हॉस्पिटल है जिन्होंने मैं सप्लाई करदा हां, लेकिन हुण मेरे घट गए, जिन्ना मैं सानू डीसल ऑर्डर दा वी उहनां नूं ही सप्लाई करो, जिन्ना को कोविड पेशेंट है, जो बाकी उन्होंने सप्लाई रोकी हुई है, जो कोविड पेशेंट जिसे पाए उ सप्लाई दे रहे सारी हाल बनाया गया कि इन्हों दिते जावन इन्हों ना दिते जाने, इस तरह की गल कोई सामने आई? नहीं प्रेशर नहीं बनाया गया, लेकिन प्लान किया गया उन्होंने वालों भी इस तरह जितने से कोविड पेशेंट सू मैसेज होंगे ना क्या हस्पताल 5 सिलेंडर दे दो 10 सिलेंडर दो, उस हिसाब से दे जा रहे हैं जी, जिनी सा कपैसिटी उस हिसाब से काम करी जा रहे हैं। आने वाला समा किस तरह देखते हैं, क्योंकि तुहाडे को 800-1000 सिलेंडर बनाने वास्ते ही जी सुविधा हैगी है, पर 3000 की डिमांड आ गई है, तो फिर किस तरीके होएगा? आने वाला समा बड़ा भयानक नज़र आ रहा जी, जो अपनी व्यक्ति बहुत भयानक नज़र आ, डर लग रहा कि रब ना करे कल कोई प्लांट फॉल्ट पै जाता, कोई प्रॉब्लम आ जाती है, अगर प्लांट बंद हो जाता तो शहर का हाल जरा समझ तो बाहर हो जाएगा, दिक्कत हो सकती, मुश्किल हो सकती हर एक, बहुत बड़ी दिक्कत होगी, बहुत बड़ी दिक्कत का सामना करना पड़ेगा। सर जो सिलेंडर असं बना रहे कि देर दे की करना पैंता सूँ, कि देर रेडी हो जाते हैं 800 सिलेंडर? ਸਾਡੇ ਪਲਾਂਟ ਦੇ 24 ਸੈਂਟਰ ਦਾ ਬੈਚ ਲੱਗਦਾ ਜੀ, 24 ਸੈਂਟਰ ਦਾ ਬੈਚ ਨੂੰ 35-40 ਮਿੰਟ ਲੱਗਦੇ ਆ, 35-40 ਮਿੰਟ 24 ਸੈਂਟਰ ਜਿਹੜੇ ਤਿਆਰ ਹੁੰਦੇ ਭਰ ਕੇ। ਲਾਈਟ ਵਗੈਰਾ ਜਾਂ ਫਿਰ ਜੋ ਵੀ ਸੁਵਿਧਾਵਾਂ ਨੇ ਉਹ ਤੁਹਾਨੂੰ ਪ੍ਰੋਪਰ ਮਿਲ ਰਹੀਆਂ ਨੇ ਜਾਂ ਫਿਰ ਉਹਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ? ਨਹੀਂ ਲਾਈਟ ਸਾਡੀ 24 ਆਵਰ ਸਰਕਾਰ ਨੇ ਕਰ ਦਿੱਤੀ ਹੋਈ ਆ, ਬੜਾ ਧਿਆਨ ਰੱਖਦੇ ਲਾਈਟ ਦਾ, ਲਾਈਟ ਟ੍ਰਿਪ ਨਾ ਕਰੇ ਕਿਤੇ, ਬਾਕੀ ਹਲੇ ਤਾਂ ਬਹੁਤ ਸਹੀ ਚੱਲਦਾ ਵਾ, ਕੱਲ੍ਹ ਦਾ ਪਤਾ ਨਹੀਂ ਜੀ, ਕੱਲ੍ਹ ਦਾ ਪਤਾ ਨਹੀਂ, ਹਾਂ ਕੱਲ੍ਹ ਦਾ। ਬਿਲਕੁਲ ਵੱਡੀ ਮੁਸ਼ਕਲ ਆ ਸਕਦੀ ਆ, ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਆਮ ਲੋਕਾਂ ਨੂੰ ਵੀ ਕਰਨਾ ਪੈ ਸਕਦਾ ਹੈ, ਡਾਕਟਰ ਜਿਹੜੇ ਹਸਪਤਾਲਾਂ ਦੇ ਡਾਕਟਰ ਨੇ ਉਹਨਾਂ ਨੂੰ ਵੀ ਕਰਨਾ ਪੈ ਸਕਦਾ, ਹਰ ਇੱਕ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ, ਜੇਕਰ ਕੋਈ ਵੀ ਕੋਵਿਡ ਦੇ ਨਾਲ ਪੀੜਤ ਹੁੰਦਾ ਹੈ, ਜੇਕਰ ਉਹਨੂੰ ਆਕਸੀਜਨ ਨਹੀਂ ਮਿਲਦੀ ਤਾਂ ਫਿਰ
वाकई सही गल है कि मुश्किल हो सकती है। तो हम लोगों भी कितना कितने अवेयर होने की जरूरत है, लोग अपने आप को सामभ, क्योंकि पहला सिर्फ तो सिर्फ 800,000 सिलेंडर की डिमांड होंगी सी, तो हूँ 3,000 तो उपर डिमांड जी हो चुकी है। हर कोई लाइना लगा के इतने मौजूद है, वक् वक् तरीके इतने अपनी अपनी कन्वेंस इतने लैके पहुंचे हुए, तो हर कोई चाहता है कि मैं किसी ना किसी तरीके वो सिलेंडर लैके पहुँच सकाँ, अपने हस्पताल के पहुँच सकाँ। तो वड्डी मुश्किल जी आ सकती है। इस वेले तस्वीर तुहानू असी दिखाई है अमृतसर दे एक ऑक्सीजन प्लांट की, जिथे कि ऑक्सीजन सिलेंडर तो लगातार बन रहे हैं, रात दिन मेहनत भी की जा रही है, पर जिन्ने एक ऑक्सीजन सिलेंडर चाहिए ने उन्ने नहीं किए जा रहे। तो सरकार दियाँ तैयारियां की ने, यह तुसी खुद अंदाजा लगा सकते हैं। सरकार वालों कहा जा रहा है कि साड़ियाँ फुल तैयारियां ने, तो जेकर इस लोते पॉइंट सिलेंडर ऑक्सीजन जो भरता है, जेकर इतने कुछ प्लांट के घटना हो जाती है, बिजली नहीं आती या फिर कोई भी मुश्किल आ जाती है, प्लांट खराब हो जाता है, तो फिर सरकार अगला कदम की चुकेगी, सब तो बड़ा सवाल है। क्योंकि सरकार सिर्फ तो सिर्फ गल कर रही है कि लोग पंजाब के बिल्कुल सेफ ने, असी उन्होंने रक्षा वास्ते हर असंभव प्रयास कर रहे हैं। तो असंभव प्रयास की ने, वो तुसीं खुद ही सुन भी लिते, देख भी लिते। कैमरामैन दिलीप दे नाल सुखचैन सिंह, अमृतसर। दोस्तों कोविड-19 लगातार अपने पैर तेजी दे नाल पसारदा नज़र आ रहा है, जिस वजह